ਸਤਿ ਸ਼੍ਰੀ ਅਕਾਲ ਜੀ ਵਿਜ਼ਨ ਪੰਜਾਬ ਐਂਟਰਟੇਨਮੈਂਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਵਾਲੀਆ ਇਸ ਵੇਲੇ ਮੇਰੇ ਨਾਲ ਇੰਨੀ ਇੱਕ ਖੂਬਸੂਰਤ ਲੇਡੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਾਂ ਆਪਾਂ ਕਹਿ ਲਿਆ ਬਿਊਟੀਫੁੱਲ ਬਿੱਲੋ ਜਾਂ ਆਪਾਂ ਕਹਿ ਲਈਏ ਕਿ ਬਿਊਟੀਫੁੱਲ ਨੀਰੂ ਬਾਜਵਾ ਸੋ ਸਤਿ ਸ਼੍ਰੀ ਅਕਾਲ ਮੈਂ ਬਹੁਤ ਬਹੁਤ ਸਾਰੀ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਠੀਕ ਹੋ ਆਮ ਗੁੱਡ ਜੀ ਤੁਸੀਂ ਕਿਵੇਂ ਹੋ ਦਿਆ ਪਹਿਲਾਂ ਤਾਂ ਇਹ ਦੱਸੋ ਬਿਊਟੀਫੁੱਲ ਬਿੱਲੋ ਇੰਨੀ ਬਿਊਟੀਫੁੱਲ ਕਿਉਂ ਹੈ ਥੋੜੇ ਸਾਰਿਆਂ ਦੇ ਪਿਆਰ ਕਰਕੇ ਆਈ ਗੈਸ ਇਨਾ ਲੰਬਾ ਸਫਰ ਹੈ ਹੁਣ ਤੱਕ ਵੀ ਮਤਲਬ ਚਿਹਰੇ ਦਾ ਨੂਰ ਉਦਾਂ ਦਾ ਉਦਾਂ ਹੀ ਹੈ ਐਸ ਇਟ ਇਜ਼ ਜਿਵੇਂ ਸ਼ੁਰੂਆਤ ਹੋਈ ਸੀ ਉਵੇਂ ਸੋ ਕੋ ਵੱਧਦਾ ਹੀ ਜਾ ਰਿਹਾ ਹੈ ਮੈਂ ਕੀ ਕਹਾਂ ਥੈਂਕ ਯੂ ਇਹ ਫਿਲਮ ਟ੍ਰੇਲਰ ਦੇ ਵਿੱਚ ਇੱਕ ਡਾਇਲੋਗ ਹੈਗਾ ਤੁਹਾਡਾ ਕਿ ਮੈਂ ਆਪਣੇ ਜਵਾਕ ਨੂੰ ਵੱਡਾ ਹੋ ਕੇ ਅੰਗਰੇਜ਼ੀ ਸਕੂਲ 'ਚ ਪਾਣਾ ਤਾਂ ਕਿ ਮੇਰੇ ਜੇ ਥਾਣੀ ਦੇ ਬੱਚਿਆਂ ਨੂੰ ਗਾਲਾਂ ਕੱਢੇ ਅੰਗਰੇਜ਼ੀ ਦੇ ਵਿੱਚ ਹਰੇਕ ਮਾਂ ਦਾ ਪੇਰੈਂਟਸ ਦਾ ਸੁਪਨਾ ਹੁੰਦਾ ਹੈ ਕਿ ਸਾਡੇ ਜਵਾਕ ਵਧੀਆ ਪੜਨ ਤੇ ਵਧੀਆ ਕੰਮ ਕਰਨ ਮਤਲਬ ਇਦਾਂ ਦਾ ਸੋਚ ਇਦਾਂ ਦੀ ਸੋਚ ਕਿਉਂ ਆਈ ਆ ਇਦਾਂ ਦੀ ਸੋਚ ਕਿਉਂ ਆਈ ਅਮ ਵੈਲ ਉਹ ਤਾਂ ਬਸ ਆਈ ਗੈਸ ਤਰੀਕਾ ਕੋ ਅਲੱਗ ਹੈ ਬਿੱਲੋ ਦਾ ਬੋਲਣ ਦਾ ਬਟ ਆਈ ਥਿੰਕ ਕਿ ਹਰ ਮਾਪੇ ਦਾ ਸੁਪਨਾ ਹੁੰਦਾ ਕਿ ਉਹ ਆਪਣੇ ਬੱਚਾ ਨੂੰ ਸਭ ਤੋਂ ਵਧੀਆ ਐਜੂਕੇਸ਼ਨ ਦੇ ਸਕੇ ਹਨਾ ਸੋ ਇਹ ਹਰ ਪੈਰੈਂਟ ਦਾ ਆਈ ਥਿੰਕ ਡ੍ਰੀਮ ਹੁੰਦਾ ਹੈ ਤੇ ਬਿਊਟੀਫੁੱਲ ਬਿੱਲੋ ਕਰਨ ਤੋਂ ਬਾਅਦ ਇਹ ਕਹ ਲੋ ਦੂਸਰੀ ਫਿਲਮ ਹੈ ਕਿੰਨਾ ਕੁ ਲੱਗਦਾ ਹੈ ਡਿਫਰੈਂਸ ਇਹਨਾਂ ਦੋਨਾਂ ਦੇ ਵਿੱਚ ਕਿ ਇੱਕ ਬੀਿੰਗ ਅ ਪ੍ਰੈਗਨੈਂਟ ਊਮਨ ਰੋਲ ਕਰਨਾ ਹੈ ਤੇ ਇੱਕ ਉਦਾਂ ਹੀ ਨਾਰਮਲ ਕੈਰੈਕਟਰ ਪਲੇ ਕਰਨਾ ਕਿੰਨਾ ਕੁ ਡਿਫਰੈਂਸ ਹੁੰਦਾ ਹੈ ਅ ਆਨੈਸਟਲੀ ਰੋਲ ਹੀ ਮੈਨੂੰ ਫਿਜ਼ੀਕਲੀ ਕੁਝ ਕੋਈ ਤਕਲੀਫ ਨਹੀਂ ਆਈ ਦੋਨਾਂ ਫਿਲਮਾਂ 'ਚ ਫਿਜ਼ੀਕਲੀ ਮੈਂ ਫਿਟ ਸੀਗੀ ਖੁਸ਼ ਸੀਗੀ ਤੇ ਮੇਰੇ ਸਾਰੀ ਟੀਮ ਨੇ ਮੇਰਾ ਬਹੁਤ ਧਿਆਨ ਰੱਖਿਆ ਜਸ ਜਨਰਸ ਡਿਫਰੈਂਸ ਸੀ ਪੂਰੀ ਕਾਮੇਡੀ ਸੀ ਤੇ ਚੰਨੂ ਇੱਕ ਡਰਾਮਾ ਯੂ نو ਸਸਪੈਂਸ ਡਰਾਮਾ ਫਿਲਮ ਸੀ ਸੋ ਥੈਟ ਵਾਸ ਦੀ ਓਨਲੀ ਡਿਫਰੈਂਸ ਬਹੁਤ ਸਾਰੇ ਤੁਹਾਡੇ ਨਾਲ ਸਟਾਰ ਕਾਸਟ ਵੀ ਹੈ ਇਹਦੇ ਵਿੱਚ ਤਾਂ ਕੀ ਐਕਸਪੀਰੀਅੰਸ ਰਿਹਾ ਉਹਨਾਂ ਦੇ ਨਾਲ ਉਹ ਅਮੇਜ਼ਿੰਗ ਐਕਸਪੀਰੀਅੰਸ ਸਾਰੇ ਮਤਲਬ ਰਗਵੀਰ ਬੋਲੀ ਜੀ ਹਨੀ ਮੱਤੂ ਬਨਿੰਦਰ ਬਣੀ ਆਫ ਕੋਰਸ ਰੋਸ਼ਨ ਪ੍ਰਿੰਸ ਜੀ ਰੁਬੀਨਾ ਰੁਪਿੰਦਰ ਮੈਮ ਜਤਿੰਦਰ ਕੌਰ ਜੀ ਸੋ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਫਿਲਮ ਤੇ ਇਟ ਵਾਸ ਲਿਟਰਲੀ ਫੈਮਿਲੀ ਪਿਕਨਿਕ ਨੀਰੂ ਬਾਜਵਾਇਕਾ ਜੈਹਾ ਨਾਮ ਹੈ ਜਿਹਨੂੰ ਨਾ ਇੰਡਸਟਰੀ ਤੋਂ ਇਲਾਵਾ ਜਿਹੜੇ ਆਡੀਅੰਸ ਹੈ ਉਹਨਾਂ ਦੇ ਫੈਨਸ ਵੀ ਨਾ ਇੱਕ ਇਨਸਪੀਰੇਸ਼ਨ ਮੰਨਦੇ ਨੇ ਤੁਸੀਂ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਇਸ ਚੀਜ਼ ਨੂੰ ਕਿਉਂਕਿ ਤੁਸੀਂ ਇੱਕ ਸਭ ਤੋਂ ਪੁਰਾਣੇ ਹੈਗੇ ਹੋ ਐਕਟਰ ਹਨਾ ਤਾਂ ਬਹੁਤ ਜ਼ਿਆਦਾ ਲੋਕ ਤੁਹਾਨੂੰ ਮੰਨਦੇ ਨੇ ਤੇ ਕਿਵੇਂ ਦਾ ਫੀਲ ਹੁੰਦਾ ਫਿਰ ਉਦੋਂ ਆ ਮੈਨੂੰ ਫਤਿਹ ਆ ਲੱਗਦਾ ਆਫ ਕੋਰਸ ਆਈ ਹੋਪ ਮੈਂ ਮਤਲਬ ਪੋਜ਼ਿਟਿਵ ਚੀਜ਼ਾਂ ਹੀ ਯਾ ਯੂ نو ਕਰ ਰਹੀ ਹਾਂ ਮੈਂ ਕੋਸ਼ਿਸ਼ ਵੀ ਕਰਦੀ ਹਾਂ ਕਿ ਜੋ ਪੋਜ਼ਿਟਿਵ ਚੀਜ਼ਾਂ ਹੋਣ ਉਹਨਾਂ ਨੂੰ ਲੋਕ ਕੀ ਦੇਖਣ ਐਂਡ ਇਨਸਪਾਇਰ ਹੋਣ ਸੋ ਆਮ ਇਟ ਫੀਲਸ ਨਾਈਸ ਤੇ ਕਿਦਾਂ ਦਾ ਕਰਨਾ ਚਾਹੁੰਦੇ ਹੋ ਕੋਈ ਕਦੇ ਡਾਰਕ ਕੈਰੈਕਟਰ ਵੀ ਨਿਭਾਉਣਾ ਚਾਹੁੰਦੇ ਹੋ ਨਿਰੂ ਆਜਵਾ ਕੀ ਚਾਹੁੰਦੇ ਨੇ ਕਿਉਂਕਿ ਹਮੇਸ਼ਾ ਸੌਫਟ ਤੇ ਜੋਲੀ ਜਿਹਾ ਆਪਾਂ ਕਿਰਦਾਰ ਦੇ ਵਿੱਚ ਦੇਖਦੇ ਆ ਤੁਹਾਨੂੰ ਆਲਮੋਸਟ ਹੈ ਨਾ ਤੇ ਡਾਰਕ ਚਾਹੁੰਦੇ ਹੋ ਤੁਸੀਂ ਕੁਝ ਹਾਂ ਜੇ ਡਾਰਕ ਕੁਝ ਆਫਰ ਹੋਗਾ ਮੈਨੂੰ ਆਈ ਊਡ ਲਵ ਟੂ ਡੂ ਇਟ ਮੈਂ ਹਰ ਇੱਕ ਤਰ੍ਹਾਂ ਦੇ ਯੂ نو ਦਾ ਰੋਲ ਕਰਨਾ ਚਾਹਨੀ ਆ ਐਂਡ ਜੋ ਵੀ ਚੈਲੰਜਿੰਗ ਮੈਨੂੰ ਲੱਗਦਾ ਮੈਂ ਉਹ ਕਰਦੀ ਆ ਐਂਡ ਜੋ ਸਟੋਰੀ ਮੈਨੂੰ ਪਸੰਦ ਆਉਂਦੀ ਐਸ ਅ ਐਕਟਰ ਮੈਂ ਉਹੀ ਫਿਲਮਾਂ ਕਰਦੀ ਆ ਸੋ ਯੈਸ ਆਈ ਊਡ ਲਵ ਬਿਊਟੀਫੁਲ ਬਿਲੋ ਜਿਹੜੀ ਆਟੀਟੀ ਪਲੇਟਫਾਰਮ ਦੇ ਉੱਤੇ ਰਿਲੀਜ਼ ਕਰਨ ਜਾ ਰਹੇ ਹਾਂ ਕਿ ਇਹ ਆਇਆ ਸੀਗਾ ਦਿਮਾਗ ਦੇ ਵਿੱਚ ਕੀ ਜ਼ਿਹਨ ਦੇ ਵਿੱਚ ਆਇਆ ਸੀਗਾ ਕਿ ਆਟੀਟੀ ਪਲੇਟਫਾਰਮ ਦੇ ਉੱਤੇ ਕਰਨਾ ਇਹਨੂੰ ਸਿਨੇਮਾ ਦੇ ਵਿੱਚ ਨਹੀਂ ਕਰਨਾ ਕਿਉਂਕਿ ਮੋਸਟਲੀ ਜਿਹੜੇ ਬਹੁਤ ਜ਼ਿਆਦਾ ਕਹ ਲਈਏ ਕਿ ਆਪਾਂ ਇੰਨੇ ਜ਼ਿਆਦਾ ਫੇਮਸ ਸੈਲੀਬ੍ਰਿਟੀਆਂ ਨੇ ਉਹ ਕਹਿੰਦੇ ਨੇ ਕੀ OTT ਪਲੇਟਫਾਰਮ ਸਾਡੇ ਵਾਸਤੇ ਬਣੇ ਹੀ ਨਹੀਂ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੇ ਉੱਤੇ ਸਕਸੈਸਫੁਲ ਰਹੇਗਾ ਆਈ ਥਿੰਕ ਸੋ ਕੌਣ ਕਹਿੰਦਾ ਕਿ OTT ਬਣਨੇ ਨਹੀਂ ਹੁੰਦੇ ਸੋ ਮਨੀ ਮਤਲਬ ਜਿੰਨੇ ਵੱਡੇ ਵੱਡੇ ਬਾਲੀਵੁੱਡ ਸਟਾਰਸ ਆ ਹਾਲੀਵੁੱਡ ਸਟਾਰਸ ਆ ਸਾਊਥ ਦੇ ਸਟਾਰਸ ਉਹਨਾਂ ਦੀ ਸਾਰੀਆਂ ਫਿਲਮਾਂ OTT ਤੇ ਆ ਰਹੀਆਂ ਨੇ ਸਾਨੂੰ ਇਹ ਚਾਂਸ ਮਿਲਿਆ ਕਿ ਅਸੀਂ OTT ਤੇ ਆ ਸਕੀਏ ਸੋ ਅਸੀਂ ਆ ਰਹੇ ਹਾਂ ਮੇਬੀ ਯੂ نو ਇਫ ਸਾਰਨ ਨੂੰ ਇਹ ਓਪਰਚੁਨਿਟੀ ਨਹੀਂ ਮਿਲਦੀ ਸੋ ਆਈ ਆਈ ਥਿੰਕ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਦੋਂ ਵੱਡੇ ਹਿੰਦੀ ਫਿਲਮਾਂ ਨਾਲ ਤੇ ਸਾਊਥੀ ਫਿਲਮਾਂ ਨਾਲ ਜ਼ੀ ਜ਼ੀ ਦੇ ਸ਼ੋਅ ਤੇ ਜ਼ੀ ਦੇ ਪਲੇਟਫਾਰਮ ਤੇ ਫਿਰ ਸਾਡਾ ਵੀ ਯੂ نو ਸਰ ਬਿਊਟੀਫੁਲ ਬਿਲੋ ਲੱਗਿਆ ਹੋਇਆ ਸੋ ਆਈ ਥਿੰਕ ਇਟਸ ਸਮਥਿੰਗ ਟੂ ਬੀ ਪ੍ਰਾਊਡ ਆਫ ਤੇ ਇੱਕ ਨਵਾਂ ਪਲੈਟਫਾਰਮ ਸਟੈਡੀਲੀ ਖੁੱਲ ਰਿਹਾ ਸੋ ਇਟਸ ਇਟਸ ਏ ਅਮੇজিং ਅਚੀਵਮੈਂਟ ਕਿੱਥੇ ਖੜਿਆ ਦੇਖਦੇ ਹਾਂ ਅੱਜ ਪੰਜਾਬੀ ਸਿਨੇਮਾ ਨੂੰ ਤੁਸੀਂ ਕੀ ਬਾਲੀਵੁੱਡ ਤੇ ਸਾਊਥ ਨੂੰ ਵੀ ਕਹਿ ਲੋ ਬੀਟ ਕਰਨ ਦੇ ਕਗਾਰ ਦੇ ਉੱਤੇ ਤੇ ਤੁਸੀਂ ਤੁਹਾਡੇ ਹਿਸਾਬ ਨਾਲ ਕਿੱਥੇ ਖੜਿਆ ਅੱਜ ਵੀ ਬਾਲੀਵੁੱਡ ਸਿਨੇਮਾ ਵੈਲ ਆਈ ਥਿੰਕ ਕਿ ਹਜੇ ਵੀ ਆ ਮੀਨ ਅਸੀਂ ਬਹੁਤ ਬਹੁਤ ਕੰਮ ਕਰਨਾ ਹੈ ਹਜੇ ਵੀ ਵੀ ਹੈਵ ਟੂ ਡੂ ਅ ਲੋਟ ਆਫ ਵਰਕ ਤੇ ਪਰ ਆਪਾਂ ਕਰ ਰਹੇ ਹਾਂ ਸਲੋਲੀ ਸਲੋਲੀ ਅੱਛੀਆਂ ਫਿਲਮਾਂ ਬਣ ਰਹੀਆਂ ਨੇ ਐਂਡ ਸਾਰੇ ਐਕਟਰਸ ਬਹੁਤ ਪ੍ਰੋਫੈਸ਼ਨਲ ਆ ਫਿਲਮ ਮੇਕਰਸ ਬਹੁਤ ਪ੍ਰੋਫੈਸ਼ਨਲ ਆ ਹੁਣ ਸੋ ਆਮ ਆਈ ਥਿੰਕ ਇੱਕ ਦਿਨ ਤਾਂ ਅਸੀਂ ਉੱਥੇ ਪਹੁੰਚ ਜਾਵਾਂਗੇ ਉਹ ਸਾਰੀਆਂ ਮੂਵੀਜ਼ ਰਿਲੀਜ਼ ਹੋ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹਨਾ ਤੇ ਜਦੋਂ 2 2 3 3 ਮੂਵੀਜ਼ ਇੱਕੋ ਹੀ ਰੇ ਦੇ ਉੱਤੇ ਰਿਲੀਜ਼ ਹੁੰਦੀ ਹੈ ਤਾਂ ਕੀ ਲੱਗਦਾ ਹੈ ਕਿ ਕਿੰਨਾ ਕੁ ਦਾ ਬੈਨੀਫਿਟ ਹੋ ਸਕਦਾ ਹੈ ਜਾਂ ਕਿੰਨਾ ਕੁ ਜ਼ਿਆਦਾ ਲਾਸ ਦੇ ਵਿੱਚ ਜਾ ਸਕਦਾ ਹੈ ਵੈਲ ਆਈ ਮੀਨ ਆਈ ਡੋਨਟ ਨੋ ਬੈਨੀਫਿਟ ਹੋ ਵੀ ਸਕਦਾ ਹੈ ਨੁਕਸਾਨ ਵੀ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਯੂ نو ਦੋ ਫਿਲਮਾਂ ਰਿਲੀਜ਼ ਹੋਈਆਂ ਸੇਮ ਡੇ ਤੇ ਦੋਨੋਂ ਹੀ ਫਿਲਮਾਂ ਹਿੱਟ ਹੋਈਆਂ ਜਾਂ ਦੋ ਫਿਲਮਾਂ ਨਹੀਂ ਚੱਲੀਆਂ ਇਟਸ ਇਟਸ ਯੂ نو ਇਟਸ ਰੀਲੀ ਕੁਝ ਵੀ ਹੋ ਸਕਦਾ ਹੈ ਬਟ ਇਸ ਇਸ ਟਾਈਮ ਸਾਰੀਆਂ ਦੀ ਇੰਨੀਆਂ ਫਿਲਮਾਂ ਬਣ ਕੇ ਰੈਡੀ ਨੇ ਐਂਡ ਕੋਈ ਰਿਲੀਜ਼ ਡੇਟ ਹੀ ਹੈ ਨਹੀਂ ਸੋ ਸਾਰੇ ਫਸੇ ਹੋਏ ਆ ਕੋਈ ਚਾਹੁੰਦਾ ਨਹੀਂ ਕਿ ਉਹ ਸੇਮ ਡੇਟ ਤੇ ਆਨ ਬਟ ਇਟਸ ਜਸਟ ਕੋਈ ਆਪਸ਼ਨ ਹੀ ਨਹੀਂ ਲੱਗਦਾ ਕਿ ਜਿੱਦਾਂ ਪੈਂਡੈਮਿਕ ਸੀਗਾ ਪਹਿਲੇ ਤੇ ਉਹਦੇ ਦੌਰਾਨ ਹੀ ਜਿਹੜਾ ਇਹ ਸਾਰਾ ਕੁਝ ਹਾਂਜੀ ਸੋ ਸਾਰੀ ਸਾਡੀ ਫਿਲਮਾਂ ਰੈਡੀ ਆ ਯੂ نو ਤੇ ਸਾਰੇ ਨੇ ਆਪਣੀ ਫਿਲਮਾਂ ਰਿਲੀਜ਼ ਕਰਨੀਆਂ ਸੋ ਕੋਵਿਡ ਕਰਕੇ ਕਿੰਨੀਆਂ ਸਾਰੀਆਂ ਫਿਲਮਾਂ ਬਣ ਕੇ ਰੈਡੀ ਆ ਸੋ ਇਟਸ ਜਸ ਕੋਈ ਜਾਣ ਕੇ ਨਹੀਂ ਕਰ ਰਿਹਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਬਟ ਸਾਰੇ ਫਸੇ ਹੋਏ ਆ ਤੇ ਤੁਹਾਡੇ ਖੁਦ ਦੀ ਡਾਟਰਸ ਨੇ ਹਨਾ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਦਾ ਫਿਊਚਰ ਕਿਸ ਤਰ੍ਹਾਂ ਦਾ ਹੋਵੇ ਉਹ ਵੀ ਇਸੇ ਫੀਲਡ ਦੇ ਵਿੱਚ ਅਗਿਆਨ ਜਾਂ ਉਹਨਾਂ ਲਈ ਕੁਝ ਹੋਰ ਸੋਚ ਰਹੇ ਹੋ ਆ ਨਹੀਂ ਮੈਂ ਕੁਝ ਨਹੀਂ ਸੋਚ ਰਹੀ ਮੈਂ ਆਈ ਜਸਟ ਹੋਪ ਕਿ ਉਹ ਮੈਂ ਉਹਨੂੰ ਇੰਡੀਪੈਂਡੈਂਟ ਬਣਾਉਣਾ ਚਾਹੁੰਦੀ ਹਾਂ ਜੋ ਵੀ ਕਰਨ ਯੂ نو ਆਪਣਾ 100% ਦੇਣ ਐਂਡ ਮੈਂ ਉਹਨੂੰ ਪੁਸ਼ ਨਹੀਂ ਕਰਦੀ ਕਿ ਇਸ ਇੰਡਸਟਰੀ ਚਾ ਉਹ ਜੋ ਕੁਝ ਮੈਂ ਮੈਂ ਉਹਨੂੰ एक्सपोज जरूर करूंगी हर एक चीज बल्कि जिन्ना ਦੇ ਵੱਲ ਉਹਨਾਂ ਦਾ ਜ਼ਿਆਦਾ ਇੰਟਰਸਟ ਆ ਫਿਰ ਉਹ ਉਸ 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 دوسری মুਵੀ ਦੀ ਸ਼ੂਟਿੰਗ ਵੀ ਚੱਲ ਰਹੀ ਹੈ ਮਾਂ ਦਾ ਲੜ ਲਾ ਹੈ ਨਾ ਉਹ ਕਿਵੇਂ ਦਾ ਚੱਲ ਰਿਹਾ ਹੁਣ ਸਫਰ ਬਹੁਤ ਵਧੀਆ ਚੱਲ ਰਿਹਾ ਉਹ ਵੀ ਇੱਕ ਅਮੇਜ਼ਿੰਗ ਐਕਸਪੀਰੀਅੰਸ ਆ ਮੈਨੂੰ ਤੇ ਸੇਮ ਜੀ ਨਾਲ ਕੰਮ ਕਰਕੇ ਦੁਬਾਰਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਜੋ ਬਾਕੀ ਦੀ ਵਿਕਾਸ ਦਾ ਡਾਇਰੈਕਟਰ ਰਾਈਟਰ ਉਹਨਾਂ ਨਾਲ ਮੈਂ ਪਹਿਲਾ ਕੰਮ ਕਰ ਚੁੱਕੀ ਹਾਂ ਸੋ ਉੱਥੇ ਵੀ ਜਦੋਂ ਵੀ ਤੁਸੀਂ ਇੱਕ ਪੋਜ਼ਿਟਿਵ এনवायरमेंट ਵਿੱਚ ਕੰਮ ਕਰਦੇ ਹੋ ਤਾਂ ਇਟਸ ਇਟਸ ਈਵਨ ਮੋਰ ਅਮੇਜ਼ਿੰਗ ਮੇਲੇ ਬਿੰਨੇ ਜ਼ਿਆਦਾ ਐਕਸਪੀਰੀਅੰਸ ਹੋਣ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਕਿ ਤੇ ਨਾ ਕਿਤੇ ਜਦੋਂ ਨਵੀਂ ਸਟਾਰ ਕਾਸਟ ਆਉਂਦੀ ਹੈ ਨਵੇਂ ਪਰਸਨ ਨੂੰ ਮੌਕਾ ਮਿਲਦਾ ਹੈ ਤੇ ਉਹਨਾਂ ਦੇ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਉਹਨਾਂ ਤੋਂ ਵੀ ਸਾਨੂੰ ਕੁਛ ਨਾ ਕੁਛ ਕਦੇ ਨਾ ਕਦੇ ਕੁਛ ਨਾ ਕੁਛ ਸਿੱਖਣ ਨੂੰ। Oh absolutely ਮੈਂ ਤਾਂ ਸਾਰਾ ਸਾਰਾ ਤੋਂ ਕੁਛ ਨਾ ਕੁਛ ਸਿੱਖਦੀ ਆ ਯੂ نو ਜਿਨ੍ਹਾਂ ਨਾਲ ਵੀ ਕੰਮ ਕਰਦੇ ਆ ਮੈਂ ਸਭ ਤੋਂ ਕੁਛ ਸਿੱਖਦੀ ਆ ਐਂਡ ਆਈ ਥਿੰਕ ਕਿ ਟਾਈਮ ਐ ਗਰੋ ਕਰਦੀ ਆ ਕਿਉਂਕਿ ਆਮ ਆਲਵੇਜ਼ ਓਪਨ ਟੂ ਲਰਨਿੰਗ। ਜੇ ਅਸੀਂ ਗੱਲ ਕਰੀਏ ਜਦੋਂ ਵੈਨੀਟੀ ਤੋਂ ਨਿਕਲ ਕੇ ਸ਼ੂਟ ਤੇ ਜਾਣਾ ਹੋਵੇ ਕਦੇ ਨਰਵਸਨੈਸ ਹੋਈ ਅੰਦਰ ਕਬਰਾਟ ਹੋਈ ਕਿ ਹੁਣ ਸਾਰਾ ਨੋਰਮਲ ਹੋ ਗਿਆ ਕਿ ਮੈਂ ਤਾਂ ਨਿਰੂ ਬਾਜਵਾ ਮੈਂ ਤਾਂ ਕੁਝ ਵੀ ਕਰ ਸਕਦੀ ਹਾਂ ਹੁਣ ਕਿ ਨਰਵਸਨੈਸ ਹਾਲੇ ਵੀ ਹੁੰਦੀ ਹੈ ਨਹੀਂ ਨਰਵਸਨੈਸ ਹਾਜੀ ਵੀ ਹੁੰਦੀ ਹੈ اسپੈਸ਼ਲੀ ਫਰਸਟ ਡੇ ਫਰਸਟ ਸ਼ਾਟ ਕੋਈ ਵੀ ਫਿਲਮ ਹੋਵੇ ਕਿਉਂਕਿ ਜਦੋਂ ਤੱਕ ਉਹ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਮੈਂ ਕੈਰੈਕਟਰ ਕਰ ਪਾਉਂਗੀ ਜਾਂ ਮੈਨੂੰ ਪਤਾ ਮੈਂ ਕੀ ਕਰ ਰਹੀ ਹਾਂ ਉਹ ਹਮੇਸ਼ਾ ਪਹਿਲੇ ਸ਼ਾਟ ਤੋਂ ਪਹਿਲਾਂ ਜੋ ਜਦੋਂ ਮੈਂ ਪਹਿਲੀ ਮਤਲਬ ਪ੍ਰੋਜੈਕਟ ਦਾ ਫਰਸਟ ਸਟੇਜ ਜਦੋਂ ਹੁੰਦਾ ਮੈਂ ਸਾਈ ਰਾਤ ਸੌਂਦੀ ਨਹੀਂ ਐਂਡ ਦੈਨ ਮੈਨੂੰ ਬਹੁਤ ਨਰਵਸਨੈਸ ਹੁੰਦੀ ਹੈ ਪਰ ਜਦੋਂ ਉਹ ਫ ਰਿਲੈਕਸ ਦੈਨ ਆਮ ਰਿਲੈਕਸਡ ਜਾਂਦੇ ਜਾਂਦੇ ਕੀ ਸਾਡੇ ਆਡੀਅנס ਨੂੰ ਅਪੀਲ ਕਰਨਾ ਚਾਹੋਗੇ ਆ ਬਸ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਬਿਊਟੀਫੁਲ ਬਿੱਲੋ ਪ੍ਰੀਮੀਅਰ ਹੋ ਰਿਹਾ ਹੈ OTT ਤੇ Z5 ਤੇ 11 ਅਗਸਤ ਨੂੰ ਸਿਰਫ Z5 ਤੇ ਤੁਸੀਂ ਆਪਦੇ ਘਰਾਂ 'ਚ ਬੈਠ ਕੇ ਦੇਖ ਸਕਦੇ ਹੋ ਆਪਦੇ ਪੂਰੇ ਪਰਿਵਾਰ ਨਾਲ ਜ਼ਰੂਰ ਫਿਲਮ ਦੇਖਿਓ ਤੇ ਮੈਨੂੰ ਫੀਡਬੈਕ ਦਿਓ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ